ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਭਿਸ਼ੇਕ ਹੈ। ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹਾ ਹਾਂ, ਜਿਸ ਦਾ ਨਾਮ ਹੈ ਸਮੇਂ ਦੀ ਸੰਭਾਲ। ਵਿਹਲੇ ਬੈਠੇ ਸਮਾਂ ਨਾ ਗਵਾਇਆ ਬੱਚਿਓ, ਪੜ੍ਹਨ ਵੱਲ ਪੂਰਾ ਚਿੱਤ ਲਾਇਆ ਬੱਚਿਓ। ਸੋਹਣੀ ਸੋਹਣੀ ਬੱਚਿਓ ਲਿਖਾਈ ਕਰਨੀ, ਦਿਨ ਰਾਤ ਦੱਬ ਕੇ ਪੜ੍ਹਾਈ ਕਰਨੀ, ਸਵੇਰੇ ਸ਼ਾਮ ਸੈਰ ਨੂੰ ਵੀ ਜਾਇਆ ਬੱਚਿਓ। ਵਿਹਲੇ ਬੈਠੇ ਸਮਾਂ ਨਾ ਗਵਾਇਆ ਬੱਚਿਓ, ਪੜ੍ਹਾਈ ਉੱਤੇ ਸਦਾ ਵਿਸ਼ਵਾਸ ਰੱਖਿਓ, ਨਕਲ ਉੱਤੇ ਕਦੇ ਵੀ ਨਾ ਆਸ ਰੱਖਿਓ। ਸਮਝ ਕੇ ਦਿਮਾਗ 'ਚ ਬਿਠਾਇਆ ਬੱਚਿਓ, ਵਿਹਲੇ ਬੈਠੇ ਸਮਾਂ ਨਾ ਗਵਾਇਆ ਬੱਚਿਓ। ਮੁਫਤ ਵਿੱਚ ਸਮਾਂ ਤੁਸੀਂ ਐਵੇਂ ਨਹੀਂ ਗਵਾਉਣਾ, ਸਾਰੀ ਉਮਰ ਬੱਚਿਓ ਨਾ ਕੋਈ ਕੁਛ ਗਵਾਉਣਾ, ਪੜ੍ਹਨ ਦਾ ਮੌਕਾ ਨਾ ਗੁਜਾਇਆ ਬੱਚਿਓ। ਵਿਹਲੇ ਬੈਠੇ ਸਮਾਂ ਨਾ ਗਵਾਇਆ ਬੱਚਿਓ, ਬੀਤਦਾ ਇਹ ਜਾਵੇ ਐਵੇਂ ਸਮਾਂ ਕੀਮਤੀ, ਪੈਸੇ ਨਾਲ ਮੈਂ ਤਾਂ ਇਹਨੂੰ ਕਵਾਂ ਕੀਮਤੀ, ਦੁਨੀਆਂ ਦੇ ਸਾਰੇ ਸੁੱਖ ਪਾਇਆ ਬੱਚਿਓ। ਵਿਹਲੇ ਬੈਠੇ ਸਮਾਂ ਨਾ ਗਵਾਇਆ ਬੱਚਿਓ, ਬਣਦਾ ਰਹਿਣੇ ਮਾਪਿਆਂ ਦੇ ਰਾਹ, ਦੇਖਿਓ ਪੜ੍ਹਾਈ ਨਾਲ ਜਿੱਤਣਾ ਹੈ ਜਦ, ਸਭ ਜਿੱਤ ਮਾਣ ਹਰ ਪਾਈ ਬੱਚਿਓ। ਵਿਹਲੇ ਬੈਠੇ